ਲਗਾਤਾਰ ਟ੍ਰੈਫਿਕ ਪੁਲਿਸ ਸੜਕਾਂ ਤੇ ਬੁਲਟਾਂ ਦੀ ਚੈਕਿੰਗ ਕਰਦੀ ਹੈ ਤੇ ਇਸ ਦੌਰਾਨ ਜੇਕਰ ਉਸਦੇ ਬੁਲਟ ਦੇ ਪਟਾਕੇ ਪੈਂਦੇ ਨੇ ਤਾਂ ਉਹਨਾਂ ਵੱਲੋਂ ਮੋਟਾ ਚਲਾਨ ਕੱਟਿਆ ਜਾਂਦਾ ਹੈ। ਇਸੇ ਸੰਬੰਧ ਵਿੱਚ ਪੁਲਿਸ ਵੱਲੋਂ ਇੱਕ ਸ਼ਖਸ ਦਾ ਬੁਲਟ ਰੋਕਿਆ ਜਾਂਦਾ ਤੇ ਜਦ ਪੁਲਿਸ ਨੇ ਚੈੱਕ ਕੀਤਾ ਤਾਂ ਉਸਦੇ ਬੁਲਟ ਦੇ ਪਟਾਕੇ ਪੈ ਰਹੇ ਸੀ ਤੇ ਹੈਰਾਨੀ ਵਾਲੀ ਗੱਲ ਤਾਂ ਇਹ ਸੀ ਕਿ ਉਹ ਇੱਕ ਸਕੂਲ ਟੀਚਰ ਸੀ ਜੋ ਸਕੂਲ ਦੇ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਤੇ ਇਸ ਸੰਬੰਧ ਦੇ ਵਿੱਚ ਉਸਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਸਨੂੰ ਨਹੀਂ ਪਤਾ ਕਿ ਉਸਦੇ ਬੁਲਟ ਦੇ ਪਟਾਕੇ ਪੈਂਦੇ ਨੇ ਤੇ ਉਸਨੂੰ ਅੱਜ ਹੀ ਇਸ ਗੱਲ ਦਾ ਪਤਾ ਲੱਗਿਆ। ਉਸਨੇ ਕਿਹਾ ਕਿ ਨਾ ਹੀ ਉਸਨੇ ਕਦੇ ਬੁਲਟ ਦੇ ਪਟਾਕੇ ਪਾਏ ਨੇ ਤੇ ਨਾ ਹੀ ਉਹ ਬੁਲਟ ਦੇ ਪਟਾਕੇ ਪਾਉਂਦਾ ਅੱਜ ਤੱਕ ਕਦੇ ਵੀ ਫੜਿਆ ਗਿਆ। ਦੱਸਦੇ ਕਿ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਪੁਲਿਸ ਵੱਲੋਂ ਬੁਲਟ ਦੇ ਪਟਾਕੇ ਪਾਉਣ ਵਾਲਿਆਂ ਤੇ ਨੱਥ ਪਾਉਣ ਲਈ ਚੈਕਿੰਗ ਕੀਤੀ ਜਾ ਰਹੀ ਸੀ ਤੇ ਇਸੇ ਦੌਰਾਨ ਉਹਨਾਂ ਵੱਲੋਂ ਬੁਲਟ ਤੇ ਜਾ ਰਹੇ ਇੱਕ ਸਕੂਲੀ ਟੀਚਰ ਨੂੰ ਰੋਕਿਆ ਜਾਂਦਾ ਹੈ ਤੇ ਚੈਕਿੰਗ ਦੌਰਾਨ ਉਸਦੇ ਬੁਲਟ ਤੋਂ ਪਟਾਕੇ ਪੈ ਰਹੇ ਸੀ। ਤਾਂ ਇਸ ਸੰਬੰਧ ਦੇ ਵਿੱਚ ਟੀਚਰ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਇਹ ਬੁਲਟ ਕਿਸੇ ਦੂਸਰੇ ਬੰਦੇ ਤੋਂ ਖਰੀਦਿਆ ਗਿਆ ਸੀ ਤੇ ਉਹਨਾਂ ਨੂੰ ਇਸ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਸੀ ਤੇ ਉਹਨਾਂ ਨੇ ਖੁਦ ਕਿਹਾ ਕਿ ਇਹ ਬਹੁਤ ਗਲਤ ਹੈ ਤੇ ਅਜਿਹਾ ਨਹੀਂ ਕਰਨਾ ਚਾਹੀਦਾ ਤੇ ਉਹ ਹੁਣੇ ਜਾ ਕੇ ਇਸ ਦਾ ਸਾਇਲੈਂਸਰ ਵੀ ਬਦਲਵਾਉਣਗੇ। ਇਸ ਸੰਬੰਧ ਦੇ ਵਿੱਚ ਪੁਲਿਸ ਵੱਲੋਂ ਉਸ ਬੁਲਟ ਦਾ ਚਲਾਨ ਕੀਤਾ ਗਿਆ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਅਜਿਹੀ ਕੋਈ ਵੀ ਪ੍ਰਤੀਕਿਰਿਆ ਨਾ ਕਰਨ, ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੇਰਾ ਨਾਮ ਵਿਵੇਕ ਗੁਪਤਾ ਹੈ ਜੀ। ਮੈਂ ਇਹਨੂੰ ਕਦੀ ਚਲਾਇਆ ਨਹੀਂ ਜੀ, ਇਹ ਮੇਰੇ ਘਰ ਹੀ ਖੜ੍ਹਾ ਹੁੰਦਾ। ਮੈਂ ਆਪਣੀ ਕਾਰ 'ਤੇ ਆਉਣਾ, ਇਹ ਅੱਜ ਮਜਬੂਰੀ ਦੇ ਵਿੱਚ ਮੈਨੂੰ ਲੈ ਕੇ ਆਉਣਾ ਪਿਆ। ਨਾ ਹੀ ਮੈਂ ਇਹਨੂੰ ਕਦੀ ਇਸ ਤਰੀਕੇ ਨਾਲ ਚਲਾਇਆ ਆ ਕਿ ਇਹਦੇ 'ਚ ਕੋਈ ਪਟਾਕੇ ਵੱਜਣ ਜਾਂ ਕੁਛ। ਅੱਜ ਮੈਨੂੰ ਹੁਣ ਪਤਾ ਲੱਗਿਆ ਜਦੋਂ ਇਹਨਾਂ ਨੇ ਸਟਾਰਟ ਕਰਕੇ ਦਿਖਾਇਆ ਵੀ ਪਟਾਕੇ ਵੱਜਦੇ ਜੀ ਇਹਦੇ 'ਚ। ਮੈਂ ਸਲੰਸਰ ਨਾ ਮੈਂ ਇਹਨੂੰ ਸ਼ੁਰੂ ਤੋਂ ਕਦੀ ਚਲਾਇਆ ਨਹੀਂ ਜੀ, ਕੁਛ ਨਹੀਂ ਕੀਤਾ, ਇਹ ਘਰੇ ਹੀ ਖੜ੍ਹਾ ਰਹਿੰਦਾ ਜੀ ਮੇਰਾ। ਤੁਸੀਂ ਚੈੱਕ ਕਰਕੇ ਦੇਖ ਲਓ, 2011-12 ਮਾਡਲ ਹੈ, ਅੱਜ ਤੱਕ 10,000 ਤੋਂ ਵੱਧ ਨਹੀਂ ਚੱਲਿਆ ਹੋਣਾ ਕਿਲੋਮੀਟਰ। ਇਹ ਨਵਾਂ ਲਿਆ ਸੀ ਸ਼ੁਰੂ ਤੋਂ ਹੀ, ਮਤਲਬ ਸੈਕਿੰਡ ਹੈਂਡ ਲਿਆ ਹੋਇਆ, ਸੈਕਿੰਡ ਹੈਂਡ ਹੈ ਮੇਰੇ ਕੋਲ, ਚੱਲਿਆ ਹੋਇਆ ਲਿਆ। ਮੈਂ ਕਹਿ ਰਿਹਾ ਸਰ, ਸਲੰਸਰ ਜਿਹੜਾ ਪਵਾਇਆ, ਜੋ ਕੁਛ ਵੀ ਹੋਏਗਾ, ਇਹ ਜਿਵੇਂ ਮੈਨੂੰ ਮਿਲਿਆ ਸੀ, ਜੋ ਮੈਂ ਖਰੀਦਿਆ ਸੀ ਜਿਵੇਂ, ਉਵੇਂ ਦਾ ਉਵੇਂ ਹੀ ਆ ਇਹ। ਮੈਂ ਦੇਖਦੇ ਹਾਂ ਜਦੋਂ ਇਹ ਜਦੋਂ ਪਟਾਕੇ ਵੱਜਦੇ, ਜਿਹੜੇ ਕਮਜ਼ੋਰ ਦਿਲ ਵਾਲੇ ਆ, ਮੈਂ ਖੁਦ ਕਹਿ ਰਿਹਾ ਸਰ ਕਿ ਵੀ ਮੈਂ ਅੱਜ ਤੱਕ ਕਦੀ ਵਰਤਿਆ ਹੀ ਨਹੀਂ ਇਹਨੂੰ, ਨਾ ਮੈਂ ਇਹਨੂੰ ਕਦੀ ਯੂਜ਼ ਕੀਤਾ, ਨਾ ਮੈਂ ਕਦੀ ਪਟਾਕੇ ਵਜਾਏ। ਅੱਜ ਮੈਂ ਪਹਿਲੀ ਵਾਰੀ ਸੁਣਿਆ ਵੀ ਇਹਦੇ 'ਚੋਂ ਪਟਾਕੇ ਵੱਜਦੇ ਆ ਸਰ। ਤੁਹਾਡੀ ਗਲਤੀ ਹੈਗੀ ਕਿ ਨਹੀਂ ਹੈਗੀ? ਮੇਰੀ ਗਲਤੀ ਇਸ ਚੀਜ਼ ਦੀ ਹੈ ਕਿ ਮੇਰਾ ਹੈਗਾ ਆ, ਬਟ ਮੈਂ ਇਹਨੂੰ ਕਦੀ ਚਲਾਇਆ ਨਹੀਂ ਸਰ, ਨਾ ਹੀ ਮੈਂ ਇਹਦੇ ਕਦੀ ਪਟਾਕੇ ਵਜਾਏ, ਨਾ ਹੀ ਮੈਂ ਪਟਾਕੇ ਵਜਾਉਂਦਾ ਫੜਿਆ ਗਿਆ ਅੱਜ ਤੱਕ ਕਦੀ ਸਰ। ਸਰ ਸਲੰਸਰ ਹੁੰਦਾ ਇਹ, ਮੈਨੂੰ ਪਤਾ ਸਲੰਸਰ ਜਿਹੜਾ, ਪਰ ਮੈਂ ਚੇਂਜ ਨਹੀਂ ਕਰਾਇਆ, ਇਹ ਮੈਂ ਸੈਕਿੰਡ ਹੈਂਡ ਲਿਆ ਉਸ ਵੇਲੇ ਜਿਸ ਹਾਲਤ 'ਚ ਸੀਗਾ ਉਸ ਹਾਲਤ 'ਚ ਹੀ ਹੈਗਾ। ਬਿਲਕੁਲ ਲਵਾਵਾਂਗੇ ਸਰ ਇਹਨੂੰ, ਜੇ ਮੈਨੂੰ ਅੱਜ ਪਤਾ ਲੱਗਿਆ, ਮੈਂ ਤਾਂ ਬੱਚਿਆਂ ਨੂੰ ਪੜ੍ਹਾਉਣਾ, ਮੈਂ ਇਹਨੂੰ ਲਵਾਉਂਗਾ ਇਹਨੂੰ ਹੁਣੇ ਹੀ, ਮਿੰਟ ਦੇ ਵਿੱਚ ਇਹਨੂੰ ਲਵਾ ਕੇ ਅਤੇ ਇਹਦੇ 'ਤੇ ਜੋ ਵੀ ਸਟੋਕ ਸਲੰਸਰ ਆਉਂਦਾ ਉਹ ਪਵਾਉਂਗਾ ਸਰ। ਮੈਂ ਕਿਹਾ ਸਰ ਮੈਂ ਤੁਹਾਡੇ ਨਾਲ 100% ਸਹਿਮਤ ਹਾਂ, ਅੱਜ ਮੈਨੂੰ ਹੁਣ ਪਤਾ ਲੱਗਿਆ ਵੀ ਇਹਦੇ ਵਿੱਚ ਇਸ ਤਰ੍ਹਾਂ ਦਾ ਹੁੰਦਾ ਆ, ਮੈਂ ਹੁਣੇ ਜਾ ਕੇ, ਹੁਣੇ ਮੇਰੇ ਨਾਲ ਚੱਲੋ, ਮੈਂ ਹੁਣੇ ਇਹਦੇ 'ਚ ਸਟੋਕ ਸਲੰਸਰ ਜਿਹੜਾ ਜਿੱਥੋਂ ਵੀ ਮਿਲਦਾ ਮੈਂ ਹੁਣ ਪਵਾ ਕੇ ਅਤੇ ਹੁਣੇ ਇਹਨੂੰ ਸੈੱਟ ਕਰਦਾ ਵਾ। ਹੁਣ ਦੇ ਹੀ ਜਿਹੜੀ ਥਾਂ 'ਤੇ ਜਾਣਾ ਉੱਥੇ ਮੈਂ ਜਾ ਕੇ ਇਹਦਾ ਸਟੋਕ ਸਲੰਸਰ ਪਵਾ ਕੇ ਅਤੇ ਨਾਲ ਸਾਰਿਆਂ ਨੂੰ ਕਹੂੰਗਾ ਵੀ ਜਿਹਨਾਂ ਦੇ ਇਹੋ ਜਿਹੇ ਪਟਾਕੇ ਪਟੂਕੇ ਵੱਜਦੇ ਆ, ਮੈਂ ਖੁਦ ਇਹਨਾਂ ਚੀਜ਼ਾਂ ਦੇ ਖਿਲਾਫ ਹਾਂ। ਮੈਂ ਬੱਚਿਆਂ ਨੂੰ 10ਵੀਂ 12ਵੀਂ ਦਿਆਂ ਨੂੰ ਪੜ੍ਹਾਉਂਦਾ ਅਤੇ ਅੱਜ ਮੈਂ ਖੁਦ ਫੀਲ, ਬਿਲਕੁਲ ਮੈਂ ਟੀਚਰ ਹਾਂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿੱਚ, ਮੈਂ ਮੈਥ ਦਾ ਐਚਓਡੀ ਹਾਂ। ਮੈਂ ਅੱਜ ਤੱਕ ਕਦੀ ਜ਼ਿੰਦਗੀ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨੂੰ ਨਾ ਪ੍ਰੋਤਸਾਹਨ ਦਿੱਤਾ, ਨਾ ਕਦੀ ਦਊਂਗਾ। ਅੱਜ ਮੈਨੂੰ ਖੁਦ ਤੁਸੀਂ ਇਹ ਸਟਾਰਟ ਕਰਕੇ ਉੱਚਾ ਕਰਕੇ ਦਿਖਾਇਆ ਅਤੇ ਮੈਨੂੰ ਪਤਾ ਲੱਗਿਆ ਵੀ ਜੋ ਪਟਾਕੇ ਵੱਜਦੇ, ਮੈਂ 20-30 ਦੀ ਸਪੀਡ ਤੋਂ ਬਾਅਦ ਚਲਾਉਣ ਵਾਲਾ ਨਹੀਂ, ਔਰ ਮੈਂ ਹਮੇਸ਼ਾ ਕਾਰ 'ਤੇ ਆਉਂਦਾ, ਇਹ ਮੇਰੇ ਘਰ ਹੀ ਖੜਿਆ ਹੁੰਦਾ ਮੋਟਰਸਾਈਕਲ। ਸਟੋਕ ਪਵਾਉਣ ਨੂੰ ਤਿਆਰ ਹੈ, ਕਹੋਗੇ ਕਿਤੇ ਨਾ ਕਿਤੇ ਜਿਹੜੇ ਕਮਜ਼ੋਰ ਦਿਲ ਵਾਲੇ ਜਾਂ ਬਜ਼ੁਰਗ ਨੇ ਉਹਨਾਂ ਵਾਸਤੇ ਖਤਰਨਾਕ ਹੈ ਜੀ, ਜੇ ਰੋਕ ਲੱਗੀਏ ਤਾਂ ਫਿਰ ਵੀ ਅਜੇ ਤੱਕ ਚੱਲੀ ਜਾਂਦਾ। ਦੇਖੋ ਜੀ, ਇਹ ਸਾਡੇ ਨਾ ਮਾਣਯੋਗ DGP ਟ੍ਰੈਫਿਕ ਸਾਹਿਬ, ADCP ਟ੍ਰੈਫਿਕ ਸਾਹਿਬ ਅਤੇ ACP ਟ੍ਰੈਫਿਕ ਸਾਹਿਬ ਵੱਲੋਂ ਨਾ ਸਖ਼ਤ ਹਦਾਇਤਾਂ ਨੇ ਵੀ ਜਿੰਨੇ ਵੀ ਬੁਲਟ ਮੋਟਰਸਾਈਕਲਾਂ ਦੇ ਸਾਈਲੈਂਸਰ ਚੇਂਜ ਕੀਤੇ ਨੇ, ਉਹਨਾਂ ਦੇ
ਨੰਬਰ ਪਲੇਟ ਦੇ, ਟ੍ਰਿਪਲਿੰਗ ਦੇ ਅਤੇ ਹੈਲਮਟ ਦੇ। ਇਹ ਜਦੋਂ ਇਹ ਕੋਈ ਵੀ ਬੰਦਾ ਬੁਲਟ ਲੈ ਕੇ ਲੰਘਦਾ ਉਹਦੀ ਆਵਾਜ਼ ਸਾਨੂੰ ਦੂਰੋਂ ਪਤਾ ਲੱਗ ਜਾਂਦੀ ਹੈ ਵੀ ਇਹਨੇ ਸਾਈਲੈਂਸਰ ਚੇਂਜ ਕੀਤਾ ਹੋਇਆ। ਉਹ ਫਿਰ ਜਦੋਂ ਕਿਸੇ ਦਾ ਚਲਾਨ ਕਰਨਾ ਉਹ ਕਹਿੰਦਾ ਜੀ ਮੈਂ ਮੰਗ ਕੇ ਲੈ ਕੇ ਆਇਆ, ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਸੀ। ਜਦੋਂ ਇਹਨਾਂ ਨੂੰ ਪਤਾ, ਅਸੀਂ ਬਕਾਇਦਾ ਅਖਬਾਰ ਦੇ ਵਿੱਚ ਚੈਨਲਾਂ ਦੇ ਉੱਪਰ ਬਕਾਇਦਾ ਕਢਾਇਆ ਵੀ ਇਹਦਾ ਚਲਾਨ ਬਹੁਤ ਜ਼ਿਆਦਾ, ਵੀ ਤੁਸੀਂ ਪਲੀਜ਼ ਚੇਂਜ ਕਰ ਲਓ। ਅਸੀਂ ਇੱਕ ਸਾਲ ਤੋਂ ਐਮ ਚਲਾਈ ਹੋਈ ਆ ਬਈ ਇਹ ਤੁਸੀਂ ਉਤਾਰਾ ਦਿਓ। ਮੈਂ ਹੈਲਮਟ ਨਾਲ ਹਾਈ ਕੋਰਟ ਦੇ ਵਿੱਚ ਬਕਾਇਦਾ ਇਹਦੀ ਰਿਟ ਚੱਲਦੀ ਆ। ਕੋਈ ਵੀ ਅਸੀਂ ਆਪਣੇ ਏਰੀਏ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਜਿਹੜਾ ਵੀ ਚੱਲਦਾ ਕੋਈ ਵੀ ਆ, ਅਸੀਂ ਉਹਦਾ ਚਲਾਨ ਕਰ ਹੀ ਦੇਣਾ। ਸਰ ਮੁਹਿੰਮ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ, ਪਰ ਉਸਦੇ ਬਾਵਜੂਦ ਸਰਕਾਰ ਨੇ ਬੁਲਟਾਂ ਦੇ ਵਿੱਚੋਂ ਦੇਖੋ ਜੀ 65% ਤਾਂ ਲੋਕ ਸੁਧਰ ਗਏ, 35% ਹੈਗੇ ਨੇ, 20% ਲੋਕਾਂ ਨੇ ਘਰੇ ਖੜ੍ਹੇ ਕਰਦੇ, 15% ਜਿਹੜੇ ਹੈਗੇ ਨੇ ਉਹ ਚੱਲ ਰਹੇ ਨੇ। ਉਹ ਅਸੀਂ ਹੁਣ ਜਿੰਨੇ ਵੀ ਟ੍ਰੈਫਿਕ ਪੁਲਿਸ ਆ ਸਾਰਿਆਂ ਨੂੰ ਕਿਹਾ ਹੈ ਵੀ ਜਿਨ੍ਹਾਂ ਨੂੰ ਵੀ ਕੋਈ ਵੀ ਮੋਟਰਸਾਈਕਲ ਸਾਈਲੈਂਸਰ ਬਦਲਿਆ ਹੋਇਆ ਉਹਦੇ ਚਲਾਨ ਕਰੋ। ਚਲਾਨ ਕੀਤਾ ਜੀ? ਬਿਲਕੁਲ ਚਲਾਨ ਜੀ। ਅਤੇ ਸਰ ਅਗਰ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤਾਂ ਕਿ ਇਹੋ ਜਿਹੜੇ ਸਾਈਲੈਂਸਰ ਟਰੱਕਾਂ ਦੇ ਨਾਲ ਲਵਾਏ ਜਾਣ? ਉਹਨਾਂ ਨੂੰ ਇਹੀ ਅਸੀਂ ਮੈਸੇਜ ਲਾਇਆ ਸੀ, ਜਿਹਨਾਂ ਦੇ ਨਾਂ 'ਤੇ ਇਹ ਬਾਈਕ ਆ ਉਹਨਾਂ ਦੇ ਫਾਦਰ ਦੇ ਖਿਲਾਫ਼ ਦੁਬਾਰਾ ਐਫ ਆਈ ਆਰ ਲੌਂਚ ਕੀਤੀ ਜਾਊਗੀ। ਪਹਿਲਾਂ ਤਾਂ ਇਹਨਾਂ ਨੂੰ ਅਸੀਂ ਬਰੀਫ ਕੀਤਾ ਸੀ, ਸਕੂਲਾਂ 'ਚ ਜਾ ਕੇ ਵੀ ਬਰੀਫ ਕੀਤਾ ਸੀ ਬਈ ਤੁਸੀਂ, ਪੇਰੈਂਟਸ ਮੀਟਿੰਗਾਂ ਵੀ ਇਹਨਾਂ ਨੇ ਅਟੈਂਡ ਕਰਾਈਆਂ ਸੀ, ਅਸੀਂ ਨਾਲ ਬਿਲ ਕੀਤੀਆਂ ਵੀ ਤੁਸੀਂ ਆਪਣੇ ਬੱਚਿਆਂ ਨੂੰ ਬਾਈਕ ਨਾ ਲੈ ਕੇ ਦਿਓ। ਹੁਣ ਸਾਨੂੰ ਤਾਂ ਪਤਾ ਨਹੀਂ, ਇਹ ਟੀਚਰ ਨੇ ਇਹ ਤਾਂ ਆਪ ਦੱਸ ਰਹੇ ਨੇ, ਅਸੀਂ ਤਾਂ ਰੂਟੀਨ ਦੀ ਚੈਕਿੰਗ ਤਰ੍ਹਾਂ ਰੋਕਿਆ। ਰੋਕਣ ਤੋਂ ਬਾਅਦ ਇਹਨਾਂ ਨੂੰ ਡਾਕੂਮੈਂਟ ਪ੍ਰੋਵਾਈਡ ਕੀਤੇ, ਜਾਂ ਨੂੰ ਸਟਾਰਟ ਕੀਤਾ ਮੌਕੇ 'ਤੇ ਤੁਸੀਂ ਆ ਗਏ। ਹੁਣ ਇਹਨਾਂ ਨੂੰ ਪੁੱਛਿਆ ਵੀ ਡਾਕੂਮੈਂਟ ਦਿਓ ਅਤੇ ਆਪਣਾ ਜੋ ਵੀ ਹੈਗਾ ਅਸੀਂ ਆਪਣਾ ਚਲਾਨ ਕਰ ਦਾਂਗੇ। ਇਹ ਇਹਨਾਂ ਨੂੰ ਅੱਗੇ ਕੋਰਟ ਕੀ ਸਜ਼ਾ ਦਿੰਦੀ ਆ, ਜੁਰਮਾਨਾ ਕਰਦੀ ਆ, ਉਹ ਇਹਨਾਂ ਦੀ ਆ, ਇਹ ਆਪਣੇ ਉੱਥੇ ਆਮ ਪਬਲਿਕ ਨੂੰ ਅਪੀਲ ਹੈ। ਅਸੀਂ ਤਾਂ ਆਮ ਪਬਲਿਕ ਨੂੰ ਇਹੀ ਅਪੀਲ ਕਰਦੇ ਹਾਂ ਵੀ ਟ੍ਰੈਫਿਕ, ਜਿਹੜਾ ਠੰਡ ਦਾ ਮੌਸਮ ਆ, ਟ੍ਰੈਫਿਕ ਜਿੰਨੇ ਰੂਲ ਨੇ ਉਹਨੂੰ ਫੋਲੋ ਕਰੋ। ਹੈਲਮਟ ਪਾਓ ਤੁਹਾਡੀ ਸੇਫਟੀ ਆ, ਨੰਬਰ ਪਲੇਟ ਲਵਾਓ ਤੁਹਾਡੀ ਸੇਫਟੀ ਆ, ਟ੍ਰਿਪਲਿੰਗ ਨਾ ਕਰੋਗੇ ਤਾਂ ਤੁਹਾਡਾ ਬਚਾਅ ਹੈਗਾ।